एक बार दी गल आ कि एक चित्रकार ही उहदे मन विच आया कि कोई ऐसा चित्र बनावा, कोई ऐसे इंसान दा चित्र बनावा जिन्हों वेख के लगे कि ये रब ही आ, कि जिहदा चित्र जिहदा चेहरा इन्ना शांत होवे कि उहनूं वेख के बंदे नूं मन नूं शांति प्राप्त होवे ते खुशी प्राप्त होवे। इहदे वास्ते उहने वख-वख जगहां दा भ्रमण करना शुरू करता ते कदी किते गया कदी किते गया, पर उहनूं ऐसा चेहरा नहीं मिलिया कि जिहदे चेहरे ते इन्नी शांति होवे। आखिर उह किते जाण डिया ही ते उहनूं राह 'च इक आजड़ी मिलिया जिहड़ा भेडां चारण डिया ही, ते उह आजड़ी नाल बहि के गल्लां बातां करन लग पिया। उह आजड़ी दे चेहरे ने इहनूं इन्ना आकर्षित कीता कि जिन्नी ठंडक आजड़ी दीआं गल्लां 'च ही उत्तों वध उहदे चेहरे ते, भी इन्ना शांत ही उहदा चेहरा, इदां लगदा है जिवें कि रब दी रूह ही हुंदी आ। उहने आजड़ी दा चेहरा बनाउणा चाहिया ते आजड़ी ने बनाउण दित्ता, ते उहने आजड़ी दा चेहरा बना के ते उह फोटो लै गिया। ते कुछ समय बाद उहदे मन विच विचार आया कोई 5-7-10 सालां बाद कि जे इन्ना शांत चेहरा हो सकदा वा जिहनूं वेख के खुशी प्राप्त होवे, ते इन्ना क्रूप चेहरा भी हो सकता भी जिन्हों वेख के बंदे नूं खिझ चढ़े। उहने भ्रमण करना शुरू करता ते लभना शुरू करता इन्ना क्रूप चेहरा भी जिन्हों वेख के बंदे नूं गुस्सा चढ़ जाए, कहिंदे ना मूड खराब हो गया बंदे वल वेख के। उहने जिन्ने वेश्वा दे अड्डे शराब खाने भी जिथे माड़े इंसान मिलदे आ होर बदमाशां दे थावां ते जाना शुरू करता, वेखना शुरू करता क्योंकि ऐसा चेहरा लभे जिहदे चेहरे ते बहुत ज्यादा क्रूपता होवे। आखिर उहनूं इक इह बंदे ने सलाह दित्ती कि तूं जेल जा, भी जेलां विच वी बड़े बड़े कातल ते बड़े बड़े वड्डे जुल्म करन वाले डके हुंदे जिन्हां दे चेहरे वी कईआं दे बड़े क्रूप हुंदे। ਉਹ ਜੇਲਾਂ ਵੱਖ ਵੱਖ ਜੇਲਾਂ 'ਚ ਫਿਰਦਾ ਰਿਹਾ ਅਤੇ ਇੱਕ ਜੇਲ੍ਹ ਵਿੱਚ ਗਿਆ ਅਤੇ ਉਹਨੂੰ ਇੱਕ ਬੰਦਾ ਦਿਖਿਆ ਵੀ ਜਿਹਦਾ ਚਿਹਰਾ ਇੰਨਾ ਕਰੂਪ ਸੀ ਜਿਹਨੂੰ ਵੇਖ ਕੇ ਬੰਦੇ ਨੂੰ ਗੁੱਸਾ ਚੜ੍ਹਦਾ ਹੈ। ਉਹਨੇ ਉਹਦਾ ਚਿਹਰਾ ਬਣਾਉਣਾ ਚਾਹਿਆ ਅਤੇ ਉਹਨੇ ਉਹਦੀ ਪੇਂਟਿੰਗ ਬਣਾਈ, ਚਿੱਤਰ ਬਣਾਇਆ, ਅਤੇ ਚਿੱਤਰ ਬਣਾ ਕੇ ਉਹਨੂੰ ਦਿਖਾਇਆ ਵੀ ਆਹ ਤੇਰਾ ਚਿੱਤਰ ਬਣਿਆ, ਵੀ ਤੂੰ ਇੰਨਾ ਤੇਰਾ ਚਿਹਰਾ ਕਰੂਪ ਵਾ। ਤੇ ਉਹਨੇ ਨਾਲ ਹੀ ਦੂਸਰਾ ਚਿੱਤਰ ਵੀ ਲਿਆਂਦਾ ਸੀ, ਕਹਿੰਦਾ ਅੱਜ ਤੋਂ ਕੁਝ ਸਮੇਂ ਪਹਿਲਾਂ ਮੈਂ ਆਹ ਚਿੱਤਰ ਬਣਾਇਆ ਸੀ ਵੀ ਜਿੰਨਾ ਤੇਰਾ ਚਿਹਰਾ ਕਰੂਪ ਆ ਓਨਾ ਹੀ ਇਹ ਸ਼ਾਂਤ ਵਾ। ਜਦੋਂ ਬੰਦੇ ਨੇ ਉਹ ਚਿਹਰਾ ਵੇਖਿਆ ਤੇ ਉਹ ਰੋ ਪਿਆ। ਚਿੱਤਰਕਾਰ ਕਹਿੰਦਾ ਤੂੰ ਕਿਉਂ ਰੋ ਪਿਆ ਵੀ ਇੰਨਾ ਸ਼ਾਂਤ ਚਿਹਰਾ ਵੇਖ ਕੇ, ਤੈਨੂੰ ਆਪਣੇ ਜ਼ੁਲਮ ਚੇਤੇ ਆ ਗਏ, ਜੁਰਮ ਕੀਤੇ ਹੋਏ? ਕਹਿੰਦਾ ਨਹੀਂ, ਕਹਿੰਦਾ ਇਹ ਵੀ ਚਿਹਰਾ ਮੇਰਾ ਵਾ ਵੀ ਜਿਹੜਾ ਤੂੰ ਅੱਜ ਤੋਂ ਇੰਨਾ ਚਿਰ ਪਹਿਲਾਂ ਫਲਾਣੀ ਫਲਾਣੀ ਜਗ੍ਹਾ 'ਤੇ ਮੈਂ ਭੇਡਾਂ ਚਾੜਨ ਜਾ ਉਦੋਂ ਤੂੰ ਬਣਾਇਆ, ਅਤੇ ਕਹਿੰਦਾ ਆਹ ਜਿਹੜਾ ਅੱਜ ਇੰਨਾ ਤਾਂ ਕਰੂਪ ਚਿਹਰਾ ਇਹ ਵੀ ਮੇਰਾ, ਕਹਿੰਦਾ ਦੋਵੇਂ ਚਿਹਰੇ ਮੇਰੇ ਆ। ਵੀ ਇੱਕ ਬੰਦੇ ਦੇ ਅੰਦਰ ਹੀ ਇੱਕ ਬੜਾ ਚੰਗਾ ਇਨਸਾਨ ਵੀ ਆ ਅਤੇ ਇੱਕ ਬੰਦੇ ਅੰਦਰ ਮਾੜਾ ਵੀ ਆ। ਹੁਣ ਜਿਵੇਂ ਔਰੰਗਜ਼ੇਬ ਹੀ ਇੱਕ ਬੜਾ ਤਗੜਾ ਜ਼ਾਲਮ ਸੀ ਵੀ ਗੁਰੂ ਦੇ ਬੱਚਿਆਂ 'ਤੇ ਉਹਨੇ ਜ਼ੁਲਮ ਕੀਤੇ ਆ, ਹੋਰ ਬੜੇ ਪਰਜਾ 'ਤੇ ਜ਼ੁਲਮ ਕੀਤੇ ਆ, ਬੜੇ ਹਿੰਦੂਆਂ ਦੇ ਜਿਹੜੇ ਆ ਜੰਜੂ ਲਵਾ ਕੇ ਫਿਰ ਰੋਟੀ ਖਾਂਦਾ ਰਿਹਾ ਵਾ। ਅਤੇ ਦੂਸਰੇ ਪਾਸੇ ਉਹ ਧਾਰਮਿਕ ਇਨਸਾਨ ਵੀ ਸੀ, 5 ਵਕਤ ਦਾ ਨਮਾਜ਼ੀ ਵੀ ਸੀ, ਵੀ ਇੱਕ ਇਨਸਾਨ 'ਚ ਦੋਵੇਂ ਚੀਜ਼ਾਂ ਸੀ, ਪਰ ਉਹ 'ਚ ਜਿਹੜੀ ਸ਼ੈਤਾਨੀਅਤ ਸੀ ਉਹ ਜ਼ਿਆਦਾ ਝਲਕਦੀ ਸੀ ਔਰੰਗਜ਼ੇਬ ਵਿੱਚ। ਚਾਹੁੰਦਾ ਤਾਂ 5 ਵਕਤ ਦਾ ਨਮਾਜ਼ੀ ਸਾਧ ਹੋ ਕੇ ਆਪਣਾ ਅੱਲਾਹ ਦਾ ਨਾਂ ਜਪ ਕੇ ਅਤੇ ਤਗੜਾ ਸਾਧ ਵੀ ਹੋ ਸਕਦਾ ਸੀ, ਇਨਸਾਨੀਅਤ ਵੀ ਝਲਕਦੀ, ਉਹ 'ਚ ਦੇਵਤਾ ਪੁਣਾ ਵੀ ਝਲਕਦਾ ਸੀ, ਪਰ ਉਹ 'ਚ ਸ਼ੈਤਾਨੀਅਤ ਵੱਧ ਗਈ। ਅਤੇ ਉੱਦਾਂ ਹੀ ਸਾਡੇ ਇਨਸਾਨਾਂ ਦਾ ਹਾਲ ਆ ਵੀ ਹਰ ਬੰਦੇ ਦੇ ਵਿੱਚ ਇੱਕ ਚੰਗਾ ਇਨਸਾਨ ਵੀ ਆ, ਹਰ ਬੰਦੇ 'ਚ ਇੱਕ ਮਾੜਾ ਇਨਸਾਨ ਵੀ ਆ, ਪਰ ਸਾਡੀ ਜਿਹੜੀ ਦੌੜ ਵਾ ਉਹ ਬਾਹਰ ਦੀ ਆ, ਆਪਣੇ ਅੰਦਰ ਦੀ ਦੌੜਨੀ ਆ। ਅਸੀਂ ਚਾਹੁੰਦੇ ਹਾਂ ਅਸੀਂ ਕਿਸੇ ਧਰਮ ਸਥਾਨ 'ਤੇ ਜਾਈਏ, ਅਸੀਂ ਅਨੰਦਪੁਰ ਸਾਹਿਬ ਜਾਈਏ, ਉੱਥੇ ਅਸੀਂ ਤੁਰਦੇ ਜਾਣ ਡੇ ਹੋਈਏ, ਗਾੜੀਓਂ ਦਸਮ ਪਾਤਸ਼ਾਹ ਮਹਾਰਾਜ ਹੁਣੀ ਤੁਰਦੇ ਆਉਣ ਡੇ, ਹੁਣ ਸਾਨੂੰ ਦਰਸ਼ਨ ਹੋ ਜਾਣ। ਅਸੀਂ ਦਰਬਾਰ ਸਾਹਿਬ ਜਾਈਏ, ਇੱਧਰੋਂ ਅਸੀਂ ਜਾਣ ਡੇ ਹੋਈਏ, ਉੱਧਰੋਂ ਗੁਰੂ ਰਾਮਦਾਸ ਪਾਤਸ਼ਾਹ ਤੁਰਦੇ ਆਉਣ ਡੇ ਹੁਣ।
ਕਈ ਵਾਰ ਪੜ੍ਹੀਦਾ ਲੋਕੀ ਕਮੈਂਟ ਮਾਰਦੇ ਆ ਸੰਤੋ ਸਿੰਘ ਮਸਕੀਨ ਹੋਣਾ ਦੀ ਕਥਾ ਦੇ ਥੱਲੇ ਵੀ ਮਹਾਰਾਜ ਇੱਕ ਵਾਰੀ ਫਿਰ ਸੰਤ ਸਿੰਘ ਮਸਕੀਨ ਹੋਣਾ ਨੂੰ ਭੇਜੋ। ਲੋਕ ਇਹ ਵੀ ਗੱਲ ਕਹਿੰਦੇ ਆ ਵੀ ਮਹਾਰਾਜ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਫਿਰ ਭੇਜੋ, ਅਸੀਂ ਉਹ ਚਿਹਰਾ ਚਾਹੁੰਦੇ ਹਾਂ। ਪਰ ਨਹੀਂ, ਉਹ ਇੱਕ ਸਰੀਰ 'ਚੋਂ ਪ੍ਰਗਟ ਹੋਏ ਹੀ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਬਾ ਜਰਨੈਲ ਸਿੰਘ ਹੋਣਾ ਵਾਂਗੇ ਆ, ਪਰ ਅਸੀਂ ਮੰਨਣਾ ਨਹੀਂ ਆ। ਗੱਲ ਇਹ ਹੁੰਦੀ ਹੈ ਸਮੇਂ 'ਤੇ ਕੋਈ ਨਹੀਂ ਮੰਨਦਾ ਹੁੰਦਾ। ਅਸੀਂ ਉਹ ਚਿਹਰਾ ਚਾਹੁੰਦੇ ਹਾਂ, ਉਹ ਸਮਾਂ ਚਾਹੁੰਦੇ ਹਾਂ। ਦਸਮ ਪਾਤਸ਼ਾਹ ਮਹਾਰਾਜ ਹੁਣ ਜਦੋਂ ਕਹਿੰਦੇ ਆ ਵੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਚਾਹੋ ਤਾਂ ਹਰ ਇਨਸਾਨ ਦੇ ਵਿੱਚੋਂ ਦਸਮ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਸਕਦੇ ਆ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣਾ ਪਹਿਲਾਂ ਕੇਸ ਕਤਲ ਕੀਤੇ ਸੀ, ਬਾਅਦ ਵਿੱਚ ਰੱਖ ਲਏ ਅਤੇ ਅੱਜ ਉਹ ਗੁਰਸਿੱਖ ਵਾ। ਵੀ ਕਿਸੇ ਵੀ ਇਨਸਾਨ ਵਿੱਚੋਂ ਕਿਸੇ ਸਮੇਂ ਕੁਝ ਵੀ ਪ੍ਰਗਟ ਹੋ ਸਕਦਾ, ਦੋਵੇਂ ਚੀਜ਼ਾਂ ਪ੍ਰਗਟ ਹੋਣੀਆਂ ਇਨਸਾਨ ਦੇ ਅੰਦਰੋਂ ਹੀ, ਬਾਹਰੋਂ ਕੁਝ ਨਹੀਂ ਪ੍ਰਗਟ ਹੋਣਾ। ਜਿਹੜੀ ਮਾਇਆ ਦੀ ਦੌੜ ਆ, ਸੰਸਾਰ ਦੇ ਪਦਾਰਥਾਂ ਦੀ ਦੌੜ ਆ, ਉਹਨਾਂ ਵਾਸਤੇ ਸਾਨੂੰ ਬਾਹਰ ਨੂੰ ਭੱਜਣਾ ਪੈਣਾ, ਕੰਮ ਕਰਨਾ ਪੈਣਾ। ਪਰ ਜਿਹੜੀ ਪਰਮਾਤਮਾ ਦੀ ਦੌੜ ਆ, ਪਰਮਾਰਥ ਦੀ ਦੌੜ ਆ, ਉਹਦੇ ਵਾਸਤੇ ਅੰਦਰ ਨੂੰ ਭੱਜਣਾ ਪੈਣਾ। ਪਰ ਅਸੀਂ ਜਿਹੜਾ ਪਰਮਾਰਥ ਆ ਉਹ ਧਰਮ ਸਥਾਨਾਂ 'ਚੋਂ ਚਾਹੁੰਦੇ ਹਾਂ ਵੀ ਅਸੀਂ ਕਿਸੇ ਧਾਰਮਿਕ ਸਥਾਨ 'ਤੇ ਗਏ ਹੋਈਏ, ਉੱਥੋਂ ਸਾਨੂੰ ਕਿਸੇ ਗੁਰੂ ਪੀਰ ਜਾਂ ਮਹਾਂਪੁਰਸ਼ ਦੇ ਦਰਸ਼ਨ ਹੋ ਜਾਣ। ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲਓ, ਕਦੀ ਵੀ ਕੋਈ ਮਹਾਂਪੁਰਸ਼, ਸੰਤ, ਪੈਗੰਬਰ ਕੋਈ ਧਾਰਮਿਕ ਸਥਾਨ 'ਤੇ ਪੈਦਾ ਨਹੀਂ ਹੋਇਆ, ਕਿਉਂਕਿ ਧਾਰਮਿਕ ਸਥਾਨ ਤੋਂ ਸ਼ੁਰੂ ਤੋਂ ਹੀ ਦਸਮ ਪਾਤਸ਼ਾਹ ਹੋਣਾ ਵੇਲੇ ਵੀ ਆ ਗਏ, ਗੁਰੂ ਨਾਨਕ ਪਾਤਸ਼ਾਹ ਹੋਣਾ ਵੇਲੇ ਵੀ ਆ ਗਏ ਸੀ। ਜਿੰਨੇ ਧਾਰਮਿਕ ਪੁਰਸ਼ ਸੀ ਉਹਨਾਂ ਨੂੰ ਧਾਰਮਿਕ ਮੰਦਰਾਂ 'ਚੋਂ, ਗੁਰਦੁਆਰਿਆਂ 'ਚੋਂ, ਜਿੱਥੋਂ ਵੀ ਕੱਢਿਆ ਹੀ ਗਿਆ ਵਾ, ਮਸੀਤਾਂ 'ਚੋਂ। ਪਰ ਜਿੱਥੇ ਧਾਰਮਿਕ ਪੁਰਸ਼ ਬੈਠੇ ਆ ਉੱਥੇ ਗੁਰਦੁਆਰੇ ਬਾਅਦ ਵਿੱਚ ਬਣਾਏ ਗਏ ਆ, ਕਿਉਂਕਿ ਉਹ ਲੋਕਾਂ ਲੱਗਦਾ ਵੀ ਇੱਥੇ ਬੈਠੇ ਹੁਣ ਇੱਥੇ ਹੀ ਰੱਬ ਬੈਠਾ। ਨਹੀਂ, ਰੱਬ ਬੰਦੇ ਦੇ ਅੰਦਰ ਬੈਠਾ ਵਾ। ਬੰਦਾ ਆਪਣੇ ਅੰਦਰ ਝਾਤ ਮਾਰੂਗਾ ਫਿਰ ਰੱਬ ਲੱਭਣਾ, ਪਰ ਅਸੀਂ ਝਾਤ ਮਾਰ ਨਹੀਂ ਸਕਦੇ, ਕਿਉਂਕਿ ਆਪਣੇ ਅੰਦਰ ਝਾਤ ਮਾਰਨੀ ਸਭ ਤੋਂ ਔਖੀ ਆ। ਅਸੀਂ ਗੁਰਦੁਆਰੇ ਜਾ ਸਕਦੇ ਹਾਂ, ਬਾਹਰ ਨੂੰ ਕਿਸੇ ਵੀ ਤੀਰਥ ਸਥਾਨ 'ਤੇ ਕੋਈ ਕਹਿ ਦੇ ਸਾਨੂੰ ਵੀ ਹੇਮਕੋਟ ਸਾਹਿਬ ਉਹ ਰੱਬ ਮਿਲ ਜਾਣਾ ਵਾ, ਉੱਥੇ ਗੁਰੂ ਦਸਮ ਪਾਤਸ਼ਾਹ ਜਿਹੜੇ ਬੈਠੇ ਹੋਣਗੇ ਚੌਂਕੜਾ ਮਾਰ ਕੇ ਭਗਤੀ ਕਰਨ ਡੇ, ਸਾਨੂੰ ਦਰਬਾਰ ਸਾਹਿਬ ਕਹਿ ਦੇ, ਜਿੰਨੀ ਮਰਜ਼ੀ ਦੂਰ ਅਸੀਂ ਬਾਹਰ ਨੂੰ ਜਾ ਸਕਦੇ ਹਾਂ ਜਹਾਜ਼ਾਂ 'ਤੇ ਬਹਿ ਕੇ, ਪਰ ਅਸੀਂ ਆਪਣੇ ਅੰਦਰ ਨਹੀਂ, ਕਿਉਂਕਿ ਆਪਣੇ ਅੰਦਰ ਜਾਣ ਵਾਸਤੇ ਜਿਹੜੇ 9 ਦੁਆਰੇ ਆ ਉਹ ਬੰਦ ਕਰਨੇ ਪੈਣੇ। ਜਿਵੇਂ ਬਾਬਾ ਹਜ਼ਾਰਾ ਸਿੰਘ ਹੁਣੀ ਕਹਿੰਦੇ ਹੁੰਦੇ ਸੀ ਵੀ ਜਿਹੜੇ 9 ਦੁਆਰੇ ਇੱਦਾਂ ਬੰਦ ਕਰਨੇ ਆ ਜਿਵੇਂ ਜੱਟ ਪੈਲੀ ਦਾ ਨੱਕਾ ਬੰਦ ਕਰਦਾ ਵਾ, ਜਦੋਂ ਪਾਣੀ ਲਾਉਣਾ ਹੋਵੇ ਤਾਂ ਦੂਜਾ ਨੱਕਾ ਐਵੇਂ ਬੰਦ ਕਰਦਾ ਵੀ ਸੀਰ ਤੱਕ ਨਹੀਂ ਪੈਣ ਦਿੰਦਾ। ਕਹਿੰਦੇ 9 ਦੁਆਰਿਆਂ ਥਾਣੀ ਸੀਰ ਤੱਕ ਨਾ ਪਵੇ ਫਿਰ ਦਸਵਾਂ ਦੁਆਰ ਖੁੱਲ੍ਹਦਾ ਵਾ। ਜਿੰਨਾ ਚਿਰ ਕੋਈ ਚੰਗੀ ਜਿਹੜੀ ਆ ਖੁਸ਼ਬੂ ਆਉਂਦੀ ਆ ਨੱਕ ਨੂੰ ਚੜ੍ਹਨ ਦੀ ਆ ਕੋਈ ਗੱਲ ਨਹੀਂ, ਪਰ ਜਦੋਂ ਉਹਦੀ ਵਾਸ਼ਨਾ ਪੈਦਾ ਹੋ ਜਾਂਦੀ ਬੰਦਾ ਉਹ ਖੁਸ਼ਬੂ ਵੱਲ ਨੂੰ ਚੱਲ ਜਾਂਦਾ ਵਾ। ਹੋਰ ਵੀ ਸਰੀਰ ਦੇ ਜਿੰਨੇ ਵੀ ਆ ਅੰਗ, ਜਦੋਂ ਕਿਸੇ ਚੀਜ਼ ਦੀ ਵਾਸ਼ਨਾ ਆਉਣ ਲੱਗ ਪੈਂਦੀ ਮਤਲਬ ਉਹ ਬੰਦ ਨਹੀਂ ਹੋਇਆ ਪੂਰੀ ਤਰ੍ਹਾਂ। ਜੇ ਕੋਈ ਮੂੰਹ ਨੂੰ ਪਦਾਰਥ ਦੀ ਭੁੱਖ ਲੱਗਦੀ ਆ ਉਹ ਇੱਕ ਆਮ ਗੱਲ ਵਾ, ਪਰ ਕਿ ਖਾਸ ਪਦਾਰਥਾਂ ਦੀ ਭੁੱਖ ਲੱਗੀ ਜਾਣੀ, ਹੱਦੋਂ ਵੱਧ ਲੱਗਣੀ ਵੀ ਭੁੱਖ ਖਾਈ ਜਾਓ, ਫਲਾਣਾ ਚੀਜ਼ ਵੀ ਖਾ ਜਾ, ਢੀਂਗੜੀ ਵੀ ਖਾ ਜਾ, ਉਹ ਮਾੜੀ ਗੱਲ ਆ। ਬਾਬਾ ਜੀ ਕਹਿੰਦੇ ਇਹ ਚੀਜ਼ ਬੰਦ ਕਰਨੀ ਪੈਣੀ ਆ, 9 ਦੁਆਰੇ ਇਉਂ ਬੰਦ ਕਰੋ ਵੀ ਜਿਵੇਂ ਜੱਟ ਪੈਲੀ ਦਾ ਨੱਕਾ ਬੰਦਾ ਵਾ ਫਿਰ ਦਸਵਾਂ ਦੁਆਰ ਖੁੱਲ੍ਹਦਾ ਵਾ। ਅਤੇ ਜਿੰਨੀ ਪਰਮਾਰਥ ਦੀ ਦੌੜ ਆ ਸਾਰੀ ਅੰਦਰ ਦੀ ਆ, ਪਰ ਅਸੀਂ ਸਾਰੀ ਬਾਹਰ ਨੂੰ ਭੱਜਦੇ ਹਾਂ। ਜਿਵੇਂ ਦੁਨੀਆ ਦਾ ਕੋਈ ਵੀ ਧਰਮ ਗ੍ਰੰਥ ਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ, ਹੋਰ ਵੀ ਧਰਮ ਗ੍ਰੰਥ ਵਾ, ਜਿੰਨਾ ਚਿਰ ਸਾਨੂੰ ਕੋਈ ਪਤਾ ਨਹੀਂ ਲੱਗਦਾ, ਅਸੀਂ ਰੋਜ਼ ਪੜ੍ਹਦੇ ਹਾਂ ਵੀ ਸਰੀਰ ਜਿਹੜਾ ਨਸ਼ਟ ਹੋਣ ਵਾਲਾ ਵਾ, ਇੱਕ ਦਿਨ ਖਤਮ ਹੋ ਜਾਣਾ ਵਾ, ਆਤਮਾ ਅਮਰ ਰਹਿਣੀ ਆ, ਪੜ੍ਹਦੇ ਹਾਂ, ਦੁਹਰਾਉਂਦੇ ਹਾਂ, ਕੁਝ ਕੁ ਹੱਦ ਤੱਕ ਮੰਨਦੇ, ਸਦਾ ਵਾਸਤੇ ਨਹੀਂ ਮੰਨਦੇ, ਕਿਉਂਕਿ ਸਦਾ ਵਾਸਤੇ ਤਾਂ ਨਹੀਂ ਮੰਨਦੇ ਵੀ ਇਹ ਗਿਆਨ ਹਧਾਰਾ ਵਾ ਸਾਡਾ। ਗੁਰੂ ਗ੍ਰੰਥ ਸਾਹਿਬ 'ਚੋਂ ਵੀ ਸਾਡਾ ਗਿਆਨ ਹਧਾਰਾ ਵਾ, ਅਸੀਂ ਗੁਰੂ ਨਾਨਕ ਦੇ ਮੂੰਹੋਂ ਸੁਣਿਆ ਵਾ, ਗੁਰੂ ਨਾਨਕ ਪਾਤਸ਼ਾਹ ਨਾਲ ਲਿਖਿਆ, ਭਗਤਾਂ ਲਿਖ ਕੇ ਗਏ ਆ, ਪਰ ਸਾਨੂੰ ਅੱਜ ਤੱਕ ਅਨੁਭਵ ਨਹੀਂ ਹੋਇਆ। ਜਿੰਨਾ ਚਿਰ ਅਨੁਭਵ ਨਹੀਂ ਹੁੰਦਾ ਉਨਾ ਚਿਰ ਹਧਾਰਾ ਹੀ ਗਿਆਨ ਵਾ, ਇੱਕ ਜਨਮ ਨਹੀਂ ਹੁੰਦਾ, 10 ਨਹੀਂ ਹੁੰਦਾ, 100 ਨਹੀਂ ਹੁੰਦਾ, ਉਨਾ ਚਿਰ ਜਿਹੜੇ ਧਰਮ ਗ੍ਰੰਥਾਂ 'ਚ ਲਿਖੀਆਂ ਚੀਜ਼ਾਂ ਉਹ ਹਧਾਰੀਆਂ ਵਾ, ਵੀ ਅਸੀਂ ਕਿਸੇ ਕੋਲ ਸੁਣੀਆਂ ਵਾ, ਕਿਸੇ ਦਾ ਅਨੁਭਵ ਆ, ਸਾਡੇ ਨਾਲ ਅਨੁਭਵ ਹੋਇਆ ਨਹੀਂ। ਜਿੱਦਣ ਸਾਡੇ ਨਾਲ ਅਨੁਭਵ ਹੋਊਗਾ ਉੱਦਣ ਅਸੀਂ ਮੰਨਣੀਆਂ, ਪਰ ਇਹ ਚੀਜ਼ਾਂ ਮੰਨਣੀਆਂ ਬੜੀਆਂ ਔਖੀਆਂ, ਕਿਉਂਕਿ ਜਿੰਨੇ ਵੀ ਭਗਤ ਹੋਏ ਆ ਉਹਨਾਂ ਸਮਿਆਂ ਦੇ ਵਿੱਚ ਧਰਮ ਗ੍ਰੰਥ ਹੈਗੇ ਹੀ, ਪਰ ਉਹਨਾਂ ਦਾ ਵਿਰੋਧ ਕਿਉਂ ਹੋਇਆ,
ਕਿਉਂਕਿ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ ਉਹ ਲੋਕ ਹੀ ਜਿਹੜੇ ਪੜ੍ਹ ਕੇ ਆਪਣੇ ਹਿਸਾਬ ਨਾਲ ਅਰਥ ਕਰਦੇ। ਸੰਤ ਸਿੰਘ ਮਸਕੀਨ ਹੋਣੀ ਵੀ ਕਹਿੰਦੇ ਸੀ, ਕਹਿੰਦੇ ਮੈਂ 10-20% ਸਿਰਫ ਗੁਰੂ ਗ੍ਰੰਥ ਸਾਹਿਬ 'ਚੋਂ ਕਥਾ ਕਰਦਾ ਵਾਂ ਅਤੇ ਸੱਚ ਬੋਲਦਾ, ਬਾਕੀ ਜੇ ਕਹਿੰਦੇ ਮੈਂ 50% ਵੀ ਸੱਚ ਬੋਲਦਾ ਨਾ ਤਾਂ ਕਹਿੰਦੇ ਤੁਸੀਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ ਅਤੇ ਗੱਲ ਮੰਨਣ ਯੋਗ ਆ। ਕੁਛ ਵੀਡੀਓ ਸੱਚ ਬੋਲ ਕੇ ਬਣਾਤੀਆਂ ਸੀ ਤਾਂ ਲੋਕ ਗਾਲਾਂ ਕੱਢਦੇ ਸੀ, ਕਿਉਂਕਿ ਸੱਚ ਨੂੰ ਪਹੁੰਚਾਉਣਾ ਬੜਾ ਔਖਾ, ਕਿਉਂਕਿ ਸੱਚ ਮੰਨਣਾ ਬੜਾ ਔਖਾ। ਜਿਹੜੀ ਚੀਜ਼ ਮੰਨਣੀ ਔਖੀ ਉਹ ਪਹੁੰਚਾਉਣੀ ਵੀ ਔਖੀ ਆ, ਕਿਉਂਕਿ ਮਨ ਨੂੰ ਇਹ ਚੀਜ਼ ਸਮਝਾਉਣੀ ਵੀ ਅਸੀਂ ਗਲਤ ਜਾਣ ਡੇ ਹਾਂ, ਫਲਾਣੀ ਚੀਜ਼ ਚੰਗੀ ਆ, ਫਲਾਣਾ ਰਾਹ ਜਿਹੜਾ ਵਾ ਉਹ ਹੈ ਔਖਾ ਪਰ ਅਸਲੀ ਰਾਹ ਉਹ ਜਾਂਦਾ ਵਾ, ਉਹ ਚੀਜ਼ ਮਨ ਨੂੰ ਮਨਾਉਣੀ ਬੜੀ ਔਖੀ ਆ। ਚਾਹੇ ਅੱਜ ਮੰਨ ਜਾਈਏ, ਚਾਹੇ ਸਮਾਂ ਪਾ ਕੇ 10 ਸਾਲਾਂ ਨੂੰ ਮੰਨ ਜਾਈਏ, ਮੰਨਣਾ ਪੈਣਾ। ਅਸੀਂ ਜਦੋਂ ਵੀ ਸਾਨੂੰ ਸਮਝ ਆ ਗਈ ਸਾਡੀ ਬਾਹਰ ਦੀ ਦੌੜ ਖਤਮ ਹੋ ਜਾਣੀ। ਫਿਰ ਜਿੱਦਣ ਇਹ ਗੱਲ ਦੀ ਸਮਝ ਆ ਗਈ ਓਨੀ ਮਹਾਨਤਾ ਸਾਡੇ ਵਾਸਤੇ ਦਰਬਾਰ ਸਾਹਿਬ ਦੀ ਹੋਣੀ ਆ ਅਤੇ ਓਨੀ ਮਹਾਨਤਾ ਸਾਡੇ ਵਾਸਤੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਹੋਣੀ ਆ, ਕਿਉਂਕਿ ਸਾਡੇ ਵਾਸਤੇ ਮਹਾਨਤਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋ ਜਾਣੀ ਆ। ਹਾਂ ਮੰਨਣ ਯੋਗ ਆ ਜਿਵੇਂ ਸ਼ਹੀਦਾਂ ਦੇ ਸਥਾਨ ਆ ਵੀ ਉਹਨਾਂ ਦੀ ਮਹਾਨਤਾ ਤਾਂ ਵੱਧ ਵੀ ਉੱਥੇ ਸ਼ਹੀਦਾਂ ਸ਼ਹੀਦੀਆਂ ਦਿੱਤੀਆਂ, ਬਾਕੀ ਸਿੱਖਿਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਦਿੱਤੀ ਜਾਣ ਦੀ ਉਹ ਇੱਕ ਮਹਾਨਤਾ ਇੱਕ ਹੋ ਜਾਣੀ ਆ। ਦੌੜ ਸਾਨੂੰ ਅੰਦਰ ਨੂੰ ਦੌੜਨੀ ਪੈਣੀ ਆ, ਫਿਰ ਹੀ ਅੰਦਰੋਂ ਹੀ ਬੰਦੇ ਦੇ ਸ਼ੈਤਾਨ ਪ੍ਰਗਟ ਹੋਣਾ। ਮਾੜੀ ਸਿੱਖਿਆ ਮਿਲ ਗਈ ਅੰਦਰੋਂ ਬੰਦੇ ਦੇ ਸ਼ੈਤਾਨ ਪ੍ਰਗਟ ਹੋਣਾ ਵਾ, ਚੰਗੀ ਸਿੱਖਿਆ ਮਿਲ ਗਈ ਅੰਦਰੋਂ ਬੰਦੇ ਦੇ ਭਗਵਾਨ ਪ੍ਰਗਟ ਹੋਣਾ ਵਾ, ਬਾਹਰੋਂ ਕਿਤਿਓਂ ਪ੍ਰਗਟ ਨਹੀਂ ਹੋਣਾ। ਮਾੜੇ ਬੰਦੇ ਵੀ ਜੇ ਪ੍ਰਗਟ ਹੋਇਆ ਉਹਨਾਂ 'ਚੋਂ ਤਾਂ ਅੰਦਰੋਂ ਹੀ ਹੋਇਆ ਪ੍ਰਗਟ। ਇੱਕ ਬੰਦਾ ਇੱਕ ਸਮੇਂ 'ਤੇ ਭਗਵਾਨ ਵੀ ਹੋ ਸਕਦਾ ਵਾ ਅਤੇ ਦੂਜਾ ਸਮਾਂ ਐਸਾ ਵੀ ਹੋ ਸਕਦਾ ਵੀ ਉਹ ਬੰਦੇ ਦੇ ਅੰਦਰੋਂ ਸ਼ੈਤਾਨ ਪ੍ਰਗਟ ਹੋ ਗਿਆ ਹੋਵੇ। ਇਹ ਬੜੇ ਬੜੇ ਬੰਦਿਆਂ ਨੇ ਐਵੇਂ ਹੋਇਆ ਵਾ। ਇਸ ਕਰਕੇ ਜਿਹੜੀ ਮਾਇਆ ਦੀ ਦੌੜ ਆ ਉਹਦੇ ਵਾਸਤੇ ਬਾਹਰ ਨੂੰ ਦੌੜੋ, ਜਿਹਨੂੰ ਮਾਇਆ ਚਾਹੀਦੀ ਉਹ ਬਾਹਰ ਨੂੰ ਹੀ ਦੌੜਨਾ ਚਾਹੀਦਾ, ਉਹਨੂੰ ਅੰਦਰ ਨੂੰ ਨਹੀਂ ਦੌੜਨਾ ਚਾਹੀਦਾ। ਆਹ ਜਿਵੇਂ ਹੁਣ ਸਾਧ ਸਮਾਧੀਆਂ ਲਾ ਕੇ ਪੈਂਦੇ, ਉਹ ਬਾਹਰ ਨੂੰ ਹੀ ਦੌੜਦੇ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਲਾਉਂਦੇ ਆ ਸਮਾਧੀਆਂ। ਜਿਹਦੀ ਅੰਦਰ ਦੀ ਦੌੜ ਆ ਉਹ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ, ਅਤੇ ਜਿਹਨੂੰ ਪਰਮਾਤਮਾ ਰੱਬ ਚਾਹੀਦਾ ਉਹ ਅੰਦਰ ਨੂੰ ਦੌੜੇ। ਇਹ ਮਨ 'ਚ ਲਾਲਚ ਹੋਵੇ ਵੀ ਮਾਇਆ ਚਾਹੀਦੀ ਆ, ਵੱਧ ਤੋਂ ਵੱਧ ਮਾਇਆ ਚਾਹੀਦੀ, ਅਸੀਂ ਰੱਬ ਨੂੰ ਬੁਲਾ ਕੇ ਮਾਇਆ ਲਵਾਂਗੇ, ਨਹੀਂ ਉੱਥੇ ਮਾਇਆ ਖਤਮ ਹੋ ਜਾਂਦੀ ਹੈ। ਇਸ ਕਰਕੇ ਆਪਣਾ ਕੰਮ ਕਾਰ ਕਰੋ, ਆਪਣੀ ਬਾਹਰ ਦੀ ਦੌੜ ਦੌੜੋ, ਜੇ ਮਾਇਆ ਚਾਹੀਦੀ ਫਿਰ ਪਰਮਾਤਮਾ ਵੱਲ ਭੱਜਣ ਦੀ ਕੋਈ ਲੋੜ ਨਹੀਂ ਹੁੰਦੀ। ਫਿਰ ਪਰਮਾਤਮਾ ਨੇ ਬੜੇ ਵਸੀਲੇ ਬਣਾਏ, ਉਹ ਵਸੀਲਿਆਂ ਵੱਲ ਦੌੜਨਾ ਚਾਹੀਦਾ। ਬਾਕੀ ਚਲੋ ਗੱਲ ਤਾਂ ਇਹ ਵੀ ਕੌੜੀ ਆ। ਇਸ ਕਰਕੇ ਜਿਹੜੀ ਪਰਮਾਰਥ ਦੀ ਦੌੜ ਆ ਉਹ ਹਮੇਸ਼ਾ ਅੰਦਰ ਨੂੰ ਚੱਲਦੀ ਆ, ਅਤੇ ਪਰਮਾਰਥ ਦੀ ਦੌੜ ਕੋਈ ਵਿਰਲਾ, ਕੋਈ ਦੁਨੀਆ 'ਤੇ 10-20 ਬੰਦੇ ਹੋਣਗੇ ਜਿਹੜੇ ਦੌੜਨੀ ਚਾਹੁੰਦੇ ਆ, ਬਾਕੀ ਸਭ ਮਾਇਆ ਦੀ ਦੌੜ ਦੌੜਨੀ ਚਾਹੁੰਦੇ ਆ। ਹਰ ਬੰਦੇ ਨੂੰ ਮਾਇਆ ਚਾਹੀਦੀ ਆ, ਪੈਸਾ ਹਰ ਕਿਸੇ ਨੂੰ ਚਾਹੀਦਾ ਵਾ। ਸਾਨੂੰ ਪਤਾ ਖਤਮ ਹੋ ਜਾਣਾ ਪੈਸਾ, ਅਸੀਂ ਕਹਿ ਸਕਦੇ ਹਾਂ ਵੀ ਮਾਇਆ ਜਿਹੜੀ ਆ ਇਹ ਵਿਨਾਸ਼ਕਾਰੀ ਆ, ਵੀ ਇੱਕ ਦਿਨ ਖਤਮ ਹੋ ਜਾਣੀ ਆ, ਘਰ ਖਤਮ ਹੋ ਜਾਣੇ, ਪਰਿਵਾਰ, ਪਰ ਸਾਨੂੰ ਸਾਰਿਆਂ ਨੂੰ ਚਾਹੀਦੇ ਆ, ਕਿਉਂਕਿ ਇਹ ਜਿਹੜਾ ਗਿਆਨ ਵਾ ਸਾਡਾ ਵੀ ਇੱਕ ਦਿਨ ਸਭ ਕੁਝ ਖਤਮ ਹੋ ਜਾਣਾ, ਇਹ ਹਧਾਰਾ ਵਾ, ਇਹ ਸਾਡਾ ਅਨੁਭਵੀ ਗਿਆਨ ਨਹੀਂ ਆ। ਤਾਂ ਸਾਡੇ ਜਿੰਨਾ ਚਿਰ ਅਸੀਂ ਸੁਣਦੇ ਹਾਂ ਉੰਨਾ ਚਿਰ ਹੀ ਸਾਡੇ ਮੂੰਹੋਂ ਨਿਕਲਦਾ ਅਤੇ ਉੰਨਾ ਕੁ ਚਿਰ ਵਾਸਤੇ ਮਨ 'ਚ ਵੱਸਦਾ ਵਾ, ਸਦਾ ਵਾਸਤੇ ਮਨ 'ਚ ਕਿਉਂ ਨਹੀਂ ਵੱਸਦਾ, ਕਿਉਂਕਿ ਹਧਾਰ ਚੀਜ਼ ਆ, ਸਦਾ ਵਾਸਤੇ ਵੱਸ ਹੀ ਨਹੀਂ ਸਕਦੀ। ਜਿੱਦਣ ਸਾਡਾ ਆਪਣਾ ਗਿਆਨ ਹੋ ਗਿਆ ਇਹ ਚੀਜ਼ ਦਾ, ਉਦਣ ਸਾਡੇ ਮਨ 'ਚ ਵੱਸਣਾ ਵੇ, ਅਤੇ ਬਾਕੀ ਸੱਚ ਬੜਾ ਕੌੜਾ ਹੁੰਦਾ ਵਾ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।